ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਸਾਡੇ ਪਿਆਰੇ ਵੀਰ ਸਰਦਾਰ ਦਾਰਾ ਸਿੰਘ ਜੀ ਚੋਹਲਾ ਸਾਹਿਬ ਤਰਨ ਤਾਰਨ ਤੋਂ, ਜਿਹੜੇ ਪੰਛੀਆਂ ਦੇ ਪਿਆਰ ਸਦਕਾ, ਪੰਛੀਆਂ ਦੇ ਪਿਆਰ ਅਤੇ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੇ ਘੋਂਸਲੇ ਆਪਣੇ ਹੱਥੀਂ ਲੱਕੜ ਅਤੇ ਹੋਰ ਪਦਾਰਥਾਂ ਨਾਲ ਤਿਆਰ ਕਰਦੇ ਹਨ। ਬਹੁਤ ਪਿਆਰ ਹੈ ਇਹਨਾਂ ਦੇ ਵਿੱਚ ਪੰਛੀਆਂ ਲਈ। ਅਤੇ ਅੱਜ ਗੁਰੂ ਰਾਮਦਾਸ ਜੀ ਦੇ ਗੁਰਪੁਰਬ 'ਤੇ ਇਹਨਾਂ ਨੇ ਉਚੇਚੇ ਤੌਰ 'ਤੇ 10 ਘੋਂਸਲੇ ਤਿਆਰ ਕੀਤੇ ਹਨ, ਜੋ ਕਿ ਦਰਬਾਰ ਸਾਹਿਬ ਵਿੱਚ ਗੁਰੂ ਕਾ ਬਾਗ ਵਿੱਚ ਹੁਣੇ ਹੀ ਆਪ ਜੀ ਨੇ ਦੇਖਿਆ ਕਿ ਇੱਥੇ ਇੰਸਟਾਲ ਕੀਤੇ ਗਏ ਹਨ। ਹਾਂਜੀ ਦਾਰਾ ਸਿੰਘ ਜੀ, ਤੁਸੀਂ ਸੰਦੇਸ਼ ਦੇਣਾ ਚਾਹੋਗੇ ਸੰਗਤ ਨੂੰ? ਕੋਈ ਮੈਂ ਤਾਂ ਦੇਣਾ ਚਾਹੁੰਦਾ ਸੰਦੇਸ਼ ਵੀ ਇਹੋ, ਜਿਹੜੇ ਵੀ ਕਿਸੇ ਪੰਛੀ ਦਾ ਘਰ ਬਣਾਉਣਾ ਵਾ, ਕਿ ਐਡਾ ਵੱਡਾ ਪੁੰਨ ਹੈ, ਐਡਾ ਵੱਡਾ ਪਰਵਕਾਰ ਆ, ਵੀ ਇਸ ਤੋਂ ਵੱਡਾ ਤਾਂ ਹੋਰ ਕੋਈ ਪਰਵਕਾਰ ਨਹੀਂ ਹੈਗਾ, ਜਿੱਦਾਂ ਪੰਛੀਆਂ ਦੇ ਆਹ ਨੇ ਬੇਘਰਾਂ ਨੂੰ ਘਰ ਬਣਾਉਣਾ ਅਤੇ ਹਰ ਇੱਕ ਥਾਂ ਲਾਉਣੇ। ਜਿਹਦਾ ਘਰ ਬਣ ਜਾਂਦਾ ਉਹ ਰਾਤ ਦਿਨ ਮੀਂਹ ਹੋਵੇ, ਹਨੇਰੀ ਹੋਵੇ, ਕੁਛ ਹੋਵੇ, ਆਪਣਾ ਜਿਹੜਾ ਹੈਗਾ ਆਪਣੇ ਬੱਚੇ ਲਈ ਕਿਤੇ ਉਹ ਰੱਬ ਦਾ ਜਿਹੜਾ ਹੈਗਾ ਵੀ ਸ਼ੁਕਰ ਗੁਜ਼ਾਰਦਾ ਵਾ, ਹਰ ਵੇਲੇ ਰੱਬ ਦਾ ਸ਼ੁਕਰ ਗੁਜ਼ਾਰਦੇ ਰਹਿੰਦੇ। ਬਾਬੇ ਸੰਤਾਂ ਵੱਲੋਂ ਇਹ, ਬਾਬੇ ਤਾਰਾ ਸਿੰਘ ਵੱਲੋਂ ਉਹਨਾਂ ਨੇ ਬਚਨ ਕੀਤਾ ਸੀ ਵੀ ਇਹ ਹਰ ਵੇਲੇ ਜਿਹੜੇ ਸੁੱਖ ਮੰਗਦੇ ਆ ਅਤੇ ਹਰ ਘਰ ਲਾਉਣੇ ਚਾਹੀਦੇ ਆ, ਹਰ ਰੁੱਖ 'ਤੇ ਲਾਉਣੇ ਚਾਹੀਦੇ ਆ, ਵੀ ਜਿੱਦਾਂ ਇਹਨਾਂ ਦੇ ਹੁਣ ਘਰਾਂ 'ਚੋਂ ਜਿਹੜੇ ਹੈਗੇ ਆ ਵੀ ਪੱਕੇ ਕੋਠੀਆਂ ਪੈਣ ਲੱਗ ਪਈਆਂ ਵਾ, ਅਤੇ ਉਹਨਾਂ ਦਾ ਕਰਕੇ ਇਹਨਾਂ ਨੇ ਜਿਹੜੇ ਹਰ ਬਣਾ ਕੇ ਜਿਸ ਤਰ੍ਹਾਂ ਵੀ ਹੋਵੇ ਉਸ ਤਰ੍ਹਾਂ ਵੀ ਜਿਹੜੇ ਕਰਨੇ, ਇਹ ਤਾਂ ਐਡਾ ਵੱਡਾ ਪਰਵਕਾਰੀ ਆ, ਐਡਾ ਵੱਡਾ ਪੁੰਨ ਆ। ਮੈਂ ਤਾਂ ਇਹਨਾਂ ਸਾਰਿਆਂ ਨੂੰ, ਹਰ ਇੱਕ ਨੂੰ ਜਿਹੜਾ ਹੈਗਾ ਵੀ ਇੱਕ ਇੱਕ ਘਰ ਲੱਗਾ ਹੋਏ ਅਤੇ ਹਰ ਇੱਕ ਦਾ ਘਰ ਹੀ ਰਾਤ ਦਿਨ ਸੁੱਖ ਮੰਗਦੇ ਆ। ਬਹੁਤ ਬਹੁਤ ਧੰਨਵਾਦ ਜੀ। ਦਾਰਾ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਨਿਥਾਵੇਂ ਪੰਛੀਆਂ ਨੂੰ ਥਾਂ ਦੇਣੀ ਚਾਹੀਦੀ, ਇਹਨੇ ਘਰਾਂ ਨੂੰ ਘਰ ਦੇਣਾ ਬਹੁਤ ਵੱਡਾ ਪੁੰਨ ਦਾ ਕੰਮ ਹੈ। ਆਓ ਅਸੀਂ ਵੀ ਗੁਰੂ ਰਾਮਦਾਸ ਜੀ ਦੇ ਪਿਆਰ ਤੋਂ ਸੇਧ ਲਈਏ ਅਤੇ ਦਾਰਾ ਸਿੰਘ ਜੀ ਵਾਂਗੂ ਅਸੀਂ ਵੀ ਪੰਛੀਆਂ ਦੀ ਪ੍ਰੋਟੈਕਸ਼ਨ ਅਤੇ ਉਹਨਾਂ ਦੀ ਕੰਜ਼ਰਵੇਸ਼ਨ ਦੇ ਲਈ ਕੁਛ ਨਾ ਕੁਛ ਕਦਮ ਚੁੱਕੀਏ। ਬਹੁਤ ਬਹੁਤ ਵਧਾਈ ਈਕੋ ਸਿੱਖ ਵੱਲੋਂ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।